Press the bell icon and never miss a video from Daily Awaaz. सत श्री अकाल जी, मैं बिट्टू चकवाला ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦਾ। ਦੁਬਈ ਦੀ ਧਰਤੀ 'ਤੇ ਹਾਂ ਇਸ ਵਕਤ, ਤੁਸੀਂ ਸਾਡੇ ਪਿੱਛੇ ਵੇਖ ਰਹੇ ਹੋ ਗੁਰਦੁਆਰਾ ਗੁਰੂ ਨਾਨਕ ਦਰਬਾਰ ਰੈਸਲ ਖੇਮਾ। ਇਸ ਅਸੀਂ ਧਰਤੀ 'ਤੇ ਪੁੱਜੇ ਹਾਂ ਅਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਰੈਸਲ ਖੇਮਾ ਜਿਹੜਾ ਉਹਦੀ ਕਾਰ ਸੇਵਾ ਚੱਲ ਰਹੀ ਹੈ। ਇੱਥੇ ਰਹਿੰਦੀ ਸਿੱਖ ਸੰਗਤ ਨੇ, ਇੱਥੋਂ ਦੇ ਪੰਜਾਬੀਆਂ ਨੇ ਜਿਹੜਾ ਇੱਥੋਂ ਦੀ ਸਰਕਾਰ ਕੋਲ ਮੁੱਦਾ ਚੁੱਕਿਆ ਕਿ ਸਾਨੂੰ ਇੱਕ ਗੁਰੂ ਘਰ ਬਣਾਉਣ ਦੀ ਇੱਥੇ ਇਜਾਜ਼ਤ ਮਿਲਣੀ ਚਾਹੀਦੀ ਹੈ। ਤੁਸੀਂ ਇਸ ਨਕਸ਼ੇ ਦੇ ਵਿੱਚ ਸਾਡੇ ਪਿੱਛੇ ਵੇਖ ਰਹੇ ਹੋ ਕਿ ਗੁਰੂ ਘਰ ਦੀ ਇਮਾਰਤ ਬਹੁਤ ਸ਼ਾਨਦਾਰ ਹੈ ਅਤੇ ਇਸ ਇਮਾਰਤ ਨੂੰ ਬਣਾਉਣ ਦੇ ਲਈ ਜਿਨ੍ਹਾਂ ਭਰਾਵਾਂ ਨੇ, ਜਿਹੜੀ ਸੰਗਤ ਨੇ ਮਿਹਨਤ ਕੀਤੀ ਹੈ, ਕਿਵੇਂ ਗੁਰਦੁਆਰੇ ਦਾ ਮਨ ਦੇ ਵਿੱਚ ਫੁਰਨਾ ਫੁਰਿਆ, ਕਿੰਨੀ ਮਿਹਨਤ ਆਈ ਹੈ। ਅਤੇ ਜਿਹੜੀ ਬਿਲਡਿੰਗ ਹੈ ਤੁਸੀਂ ਉਹ ਵੀ ਵੇਖ ਸਕਦੇ ਹੋ ਇਸ ਫਰੇਮ ਦੇ ਵਿੱਚ, ਪਿੱਛੇ ਉਹ ਬਣ ਕੇ ਤਿਆਰ ਹੋਣ ਜਾ ਰਹੀ ਹੈ। ਇੱਥੇ ਬਹੁਤ ਸਾਰੀ ਸੰਗਤ ਆਉਂਦੀ ਹੈ ਇਸ ਇਲਾਕੇ ਦੀ, ਪੰਜਾਬ ਤੋਂ ਰੋਜ਼ੀ ਰੋਟੀ ਦੀ ਭਾਲ ਦੇ ਵਿੱਚ ਆਏ ਹੋਏ ਨੌਜਵਾਨ ਮੁੰਡੇ ਕੁੜੀਆਂ ਇੱਥੇ ਜਿਹੜੇ ਰਹਿੰਦੇ ਨੇ ਉਹ ਗੁਰੂ ਘਰ ਦੇ ਵਿੱਚ ਆਥਣ ਸਵੇਰ ਆ ਕੇ ਆਪਣੀ ਹਾਜ਼ਰੀ ਭਰਦੇ ਨੇ, ਕਿੰਨੀ ਸੇਵਾ ਕਰਦੇ ਨੇ, ਕਿਵੇਂ ਇੱਥੇ ਦੇ ਗੁਰਦੁਆਰਾ ਸਾਹਿਬ ਦਾ ਮਾਹੌਲ ਹੈ, ਆਪਾਂ ਪੂਰੀ ਅੱਜ ਦੀ ਇਸ ਗੱਲਬਾਤ ਦੇ ਵਿੱਚ ਤੁਹਾਨੂੰ ਵਿਖਾਵਾਂਗੇ। ਤੁਸੀਂ ਸਾਡੇ ਨਾਲ ਜੁੜੇ ਰਹੋ, ਮੈਂ ਅਤੇ ਮਨਜਿੰਦਰ ਬਾਈ ਇਸ ਪ੍ਰੋਗਰਾਮ ਦੇ ਵਿੱਚ ਹੋਵਾਂਗੇ ਹਾਜ਼ਰ। ਆ ਜਾਓ ਜੀ। ਜੈ ਪ੍ਰਸਾਦੋਂ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲਾ ਮਨ ਹੋ ਵਿਸਾਰ, ਜੈ ਪ੍ਰਸਾਦ ਤੇਰਾ ਵਰਦਾ ਹਰੇ ਮਨ ਮੂੜ ਦੁੰਦਾ ਗੂੰਜਾ, ਜੈ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਗਜੂਰੇ, ਜੈ ਪ੍ਰਸਾਦ ਤੋਂ ਪਾਵੇ ਸਾਸ ਹਰੇ ਮਨ ਮੇਰੇ ਤੂੰ ਦਾਸ ਰਾ, ਜੈ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਬੇ ਜਬ ਸੋਏ, ਆਪ ਜਪਾਏ ਜਬੇ ਸੋਨਾ ਆਪ ਗਵਾਏ ਸੋ ਗਰ ਗੁਣ ਗਾਓ। ਆਪਾਂ ਗੱਲਬਾਤ ਸ਼ੁਰੂ ਕਰਨ ਜਾ ਰਹੇ ਹਾਂ ਜੀ ਇਸ ਵਕਤ ਗੁਰਦੁਆਰਾ ਸਾਹਿਬ ਦੇ, ਜਿੱਥੇ ਮੁੱਖ ਪ੍ਰਬੰਧਕ ਨੇ ਸਰਦਾਰ ਤਲਵਿੰਦਰ ਸਿੰਘ ਜੀ, ਉਹਨਾਂ ਨਾਲ ਹਾਜ਼ਰ ਹਾਂ ਆਪਾਂ, ਅਤੇ ਉਹਨਾਂ ਦੇ ਨਾਲ ਨੇ ਸਰਦਾਰ ਸੁਰਿੰਦਰ ਸਿੰਘ ਜੀ ਅਤੇ ਸਾਡੇ ਨਾਲ ਬਾਈ ਮਨਜਿੰਦਰ ਹੁਣੀ ਨਾਲ ਆਏ ਨੇ। ਆਪਾਂ ਪੂਰੀ ਗੱਲਬਾਤ ਕਰਾਂਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਤਲਵਿੰਦਰ ਸਿੰਘ ਜੀ, ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਹੀ ਪੁੱਛਣਾ ਚਾਹਾਂਗਾ, ਜਿਵੇਂ ਤੁਸੀਂ ਬਹੁਤ ਸਮਾਂ ਪਹਿਲਾਂ ਦੁਬਈ ਦੀ ਧਰਤੀ 'ਤੇ ਆਏ ਇੱਥੇ ਰੋਜ਼ੀ ਰੋਟੀ ਦੀ ਭਾਲ ਦੇ ਵਿੱਚ, ਹਾਂਜੀ ਹਾਂਜੀ, ਅਤੇ ਜਿਵੇਂ ਆਮ ਬਜ਼ੁਰਗ ਕਹਿੰਦੇ ਹੁੰਦੇ ਆ ਵੀ ਚਲੋ ਹੁਣ ਤਾਂ ਬਹੁਤ ਕਮਾ ਲਿਆ, ਅਤੇ ਨਿਆਣੇ ਕਹਿੰਦੇ ਆ ਵੀ ਹੁਣ ਆਪਾਂ ਥੋੜ੍ਹਾ ਜਿਹਾ ਬੈਠ ਜਾਈਏ ਘਰੇ, ਗੱਲਾਂ ਬਾਤਾਂ ਕਰੀਏ ਬੱਚਿਆਂ ਨਾਲ। ਹਾਂਜੀ ਹਾਂਜੀ। ਪਰ ਤੁਸੀਂ ਗੁਰੂ ਮਹਾਰਾਜ ਦੀ ਇੱਕ ਬਹੁਤ ਵੱਡੀ ਸੇਵਾ ਜਿਹੜੀ ਆਪਣੇ ਜਿੰਮੇ ਲੈ ਲਈ ਹੈ। ਬਿਲਕੁਲ ਜੀ। ਕਿਵੇਂ ਮਨ ਦੇ ਵਿੱਚ ਖਿਆਲ ਆਇਆ ਇਹ? ਖਿਆਲ ਤਾਂ ਬਹੁਤ ਦੇਰ ਤੋਂ ਹੀ ਆਇਆ ਸੀ। ਅੱਛਾ ਜੀ। ਪਰ ਅਸੀਂ 90 ਤੋਂ ਹੀ ਕੋਸ਼ਿਸ਼ ਕਰ ਰਹੇ ਸੀ ਦੋਨੋਂ ਮਿਲ ਕੇ। ਅੱਛਾ, 1990 ਦੇ ਤੁਸੀਂ ਇਸ ਉਪਰਾਲੇ ਲਈ ਯਤਨ ਕਰ ਰਹੇ ਸੀ, ਪਰ ਜੋ ਸਾਨੂੰ ਮਾਲਕ ਵੱਲੋਂ ਮਨਜ਼ੂਰੀ ਕਹਿ ਲਓ ਜਾਂ ਇਹਨਾਂ ਵੱਲੋਂ ਕਹਿ ਲਓ ਜੀ ਜੀ, ਉਹ ਸਾਨੂੰ 2017 'ਚ ਮਿਲੀ ਜੀ। ਅੱਛਾ, ਅਤੇ ਕਿਵੇਂ ਸ਼ੁਰੂਆਤ ਹੋਈ? ਸਭ ਤੋਂ ਪਹਿਲਾਂ ਤੁਸੀਂ ਕਿੱਥੇ ਪਹੁੰਚ ਕੀਤੀ, ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਧਾਰਮਿਕ ਸਥਾਨ ਦੀ ਇਜਾਜ਼ਤ ਮਿਲਣਾ, ਉਸ ਤੋਂ ਬਾਅਦ ਉਹਨੂੰ ਪੂਰ ਚੜ੍ਹਾਉਣਾ ਸਭ ਤੋਂ ਵੱਡੀ ਗੱਲ ਹੁੰਦੀ ਹੈ। ਲੱਖਾਂ ਕਰੋੜਾਂ ਦੇ ਪ੍ਰੋਜੈਕਟ ਜਿਹੜੇ, ਜਿੱਦਾਂ ਗੁਰੂ ਘਰ ਦੀ ਇਮਾਰਤ ਨੂੰ ਤਮੀਰ ਕਰਾਉਣ ਦੇ ਲਈ ਆਪਾਂ ਨੂੰ ਮਾਇਆ ਦੀ ਵੀ ਲੋੜ ਹੈ, ਇੱਥੇ ਤਾਂ ਸੰਗਤ ਓਨੀ ਕੀ ਹੈ ਜਿੰਨੀ ਕਿੱਥੇ ਕੰਮ ਕਰਨ ਆਊਗੀ, ਕਿਉਂਕਿ ਪੰਜਾਬ ਦੇ ਵਿੱਚ ਤਾਂ ਸਾਰੀ ਸੰਗਤ ਬਹੁਤ ਬੈਠੀ ਹੈ ਅਤੇ ਇੱਥੇ ਤਾਂ ਸਿਰਫ ਗਿਣੇ ਚੁਣੇ ਲੋਕ ਹੀ ਹੋਣਗੇ, ਫਿਰ ਵੀ ਬਹੁਤ ਵੱਡੀ ਗੱਲ ਹੈ। ਕਿਵੇਂ ਇਹ ਸਾਰਾ ਪਲੈਨ ਕੀਤਾ ਤੁਸੀਂ? ਇਹ ਜਦੋਂ ਤੋਂ ਅਸੀਂ ਆਏ ਹਾਂ ਇੱਥੇ, ਰੂਲਰ ਫੈਮਿਲੀ ਦੇ ਨਾਲ ਹੀ ਸਾਡੇ ਤਕਰੀਬਨ ਕਾਰੋਬਾਰ ਰਹੇ ਆ। ਅੱਛਾ ਜੀ। ਅਤੇ ਉਹਨਾਂ ਦੇ ਥਰੂ ਹੀ ਫਿਰ ਜਿਹੜੇ ਹੁਣ ਸ਼ੇਖ ਸੌਦਵਿੰਦ ਸਾਕਰ ਅਲ ਕਸਮੀ ਜਿਹੜੇ ਇੱਥੇ ਦੇ ਮੇਨ ਹੈਗੇ, ਉਹਨਾਂ ਦੇ ਥਰੂ ਫਿਰ ਪਹੁੰਚ ਹੋਈ ਤਾਂ ਉਹਨਾਂ ਨੇ ਫਿਰ ਸਾਨੂੰ ਇਜਾਜ਼ਤ ਦਿੱਤੀ। ਅੱਛਾ ਸੁਰਿੰਦਰ ਸਿੰਘ ਜੀ, ਤੁਹਾਨੂੰ ਪੁੱਛਾਂਗਾ ਮੈਂ, ਤੁਸੀਂ ਵੀ ਨਾਲ ਹੀ ਆਏ ਹੋ 1990 ਦੇ, ਜਿਵੇਂ ਅੰਕਲ ਜੀ ਉਹਨਾਂ ਨੇ ਦੱਸਿਆ ਅਸੀਂ ਉਪਰਾਲੇ ਕਰ ਰਹੇ ਹਾਂ ਜੀ, ਇਹ ਉਪਰਾਲਿਆਂ ਨੂੰ ਬੂਰ ਪਿਆ, ਹੁਣ ਬਿਲਡਿੰਗ ਹੈ ਜਿਹੜੀ ਉਹ ਤਾਮੀਰ ਹੋ ਰਹੀ ਹੈ, ਇਸ ਵਕਤ ਗੁਰੂ ਘਰ ਦੀ ਇਮਾਰਤ ਤਕਰੀਬਨ ਬਣ ਕੇ ਤਿਆਰ ਆਈ ਆ, ਅਤੇ ਸਾਰਾ ਜਿਹੜਾ ਕਿਵੇਂ ਤੁਸੀਂ ਨਕਸ਼ਾ ਤਿਆਰ ਕੀਤਾ ਸੀ, ਕਿੱਥੋਂ ਤੁਸੀਂ ਪਲੈਨ ਕਰਵਾਇਆ ਸੀ, ਉਹ ਥੋੜ੍ਹਾ ਜਿਹਾ ਦੱਸੋ। ਇਹ ਜਦ ਇਹ ਕੰਮ ਆਰੰਭ ਕੀਤਾ ਨਾ ਜੀ ਜੀ, ਜਿੰਨੀ ਵੀ ਰਸ ਰੱਖੇ ਮੇਰੀ ਪੂਰੀ ਸੰਗਤ ਹੈ ਨਾ। ਅੱਛਾ। ਸਾਰਿਆਂ ਦੇ ਇਕੱਲੇ ਇਕੱਲੇ ਦੇ ਨਾਂ ਲਿਖ ਕੇ ਉਹਨਾਂ ਦੇ ਸਾਈਨ ਕਰਾ ਕੇ ਜੀ ਜੀ, ਇਹ ਪੇਪਰ ਸਾਰੇ
ਛੇਕ ਤੱਕ ਪਹੁੰਚ ਕੀਤੀ ਜਾਣੀ। ਅੱਛਾ, ਉਸ ਤੋਂ ਬਾਅਦ ਜਦ ਮਨਜ਼ੂਰੀ ਮਿਲ ਗਈ ਇਹਦੀ ਜਾਣੀ ਜੀ ਜੀ, ਫਿਰ ਇੱਥੋਂ ਜਿਹੜੇ ਲੋਅ ਦੇ ਹਿਸਾਬ ਨਾਲ ਮਿਨਿਸਟਰੀ ਕੋਲੋਂ ਪੂਰਾ ਨਕਸ਼ਾ ਇਹ ਦੋ ਤਿੰਨ ਤਿਆਰ ਕਰਨ ਤੋਂ ਬਾਅਦ, ਅੱਛਾ, ਫਿਰ ਜਿਹੜਾ ਉਹਨਾਂ ਨੇ ਮਿਨਿਸਟਰੀ ਨੇ ਪਾਸ ਕੀਤਾ ਜੀ ਜੀ, ਉਹ ਫਿਰ ਆਪਾਂ ਆਰੰਭ ਕੀਤਾ ਜਾਣੀ। ਅੱਛਾ, ਉਹਦੇ ਵਿੱਚ ਕੀ ਹੈ, ਸੰਗਤ ਦਾ ਬਹੁਤ ਸੰਯੋਗ ਹੈ ਜਾਣੀ ਜੀ ਜੀ ਜੀ, ਕਿਉਂਕਿ ਜਿਹੜੇ ਹੁਣ ਵਿਦੇਸ਼ੀ ਇਸ ਵੇਲੇ ਜਿਹੜੀ ਧਰਤੀ 'ਤੇ ਬੈਠੇ ਹੈ ਜੀ ਜੀ ਜੀ, ਇੱਥੇ ਹਰੇਕ ਬੰਦਾ ਪੈਸੇ ਕਮਾਉਣ ਆਇਆ, ਉਹਦਾ ਹਰੇਕ ਦੀ ਸ਼ਰਧਾ ਇਹਦੇ ਦੁਆਲੇ ਹੈ। ਬਿਲਕੁਲ ਬਿਲਕੁਲ, ਹਜੇ ਆਪਣੇ ਮੁਲਕਾਂ 'ਚ ਫੇਰ ਵੀ ਥੋੜ੍ਹਾ ਬਹੁਤਾ ਕੋਈ ਪੇ ਦਾ ਸਹਾਰਾ, ਕੋਈ ਕਿਸੇ ਦਾ ਸਹਾਰਾ, ਇੱਥੇ ਹਰੇਕ ਨੂੰ ਗੁਰੂ ਮਹਾਰਾਜ ਦਾ ਸਹਾਰਾ ਹੈ। ਬਿਲਕੁਲ, ਉਹ ਆਸਰਾ ਲੈਂਦਾ ਹਰੇਕ, ਹਰੇਕ ਬੰਦਾ ਇੱਥੇ ਲੈਣ ਆਉਂਦਾ, ਘਰ ਤੋਂ ਦੂਰ ਹੈ। ਹਾਂਜੀ ਜੀ ਜੀ, ਜਿਹੜੀ ਬਿਲਡਿੰਗ ਹੈ ਉਹਦਾ ਜਾਣੀ ਪਤਾ ਨਹੀਂ ਲੱਗਾ ਕਿੱਧਰੋਂ ਪੈਸੇ ਆਈ ਜਾਂਦੇ, ਕਿੱਧਰੋਂ ਕੀ ਹੋਈ ਜਾਂਦਾ, ਜਾਣੀ ਆਪਣੇ ਆਪ ਇਹ ਬਗੈਰ ਪੁੱਛੋ ਸੰਗਤ। ਅੱਛਾ, ਇਹ ਸੇਵਾ ਕਰੀ ਜਾਂਦੀ ਹੈ, ਕਿਉਂਕਿ ਬਹੁਤ ਕਹਿਣ ਦੀ ਲੋੜ ਨਹੀਂ ਹੈ ਜਾਣੀ। ਮੇਰੇ ਮਨ 'ਚ ਇਹ ਗੱਲ ਇਸ ਕਰਕੇ ਆਈ ਕਿਉਂਕਿ ਬਹੁਤੀ ਵਾਰ ਅਸੀਂ ਕੀ ਸੋਚਦੇ ਹਾਂ ਵੀ ਦੁਬਈ ਵਰਗੇ ਮੁਲਕਾਂ 'ਚ ਜ਼ਿਆਦਾਤਰ ਆਪਣੇ ਨੌਜਵਾਨ ਲੇਬਰ ਕਰਨ ਆਉਂਦੇ ਹੈਗੇ, ਜਿਵੇਂ ਮੈਂ ਅੰਕਲ ਜੀ ਹੁਣਾਂ ਨਾਲ ਪਹਿਲਾਂ ਗੱਲ ਕਰ ਰਿਹਾ ਸੀ ਵੀ ਇਹ ਵੀ ਹੋਇਆ ਗਾ ਬਈ ਹਲੇ ਤੱਕ ਜਿਹੜੀ ਉਹ ਗੋਲਕ 'ਚੋਂ ਜਿਹੜੀ ਮਾਇਆ ਉਹ ਲਾਉਣ ਦੀ ਲੋੜ ਹੀ ਨਹੀਂ ਪਈ, ਸੰਗਤ ਖੁਦ ਹੀ ਸੇਵਾ ਲਈ ਜਾ ਰਹੀ। ਕਿਉਂ, ਸੰਗਤ ਬਹੁਤ ਜਾਣੀ ਆਪਣੇ ਮੁਲਕ ਨਾਲ ਵੱਧ ਚੜ੍ਹ ਕੇ ਇੱਥੇ ਹਿੱਸਾ ਲੈ ਰਹੀ ਹੈ। ਅੱਛਾ, ਜਿਹਨਾਂ ਨੂੰ ਅਸੀਂ ਨਹੀਂ ਵੀ ਜਾਣਦੇ ਉਹ ਵੀ ਆਪਣੇ ਆਪ ਆਣ ਕੇ ਨਾ, ਜਿਹਨੂੰ ਪਤਾ ਲੱਗਦਾ ਵੀ ਗੁਰੂ ਘਰ ਬਣ ਰਿਹਾ ਇੱਥੇ ਰਹਿਸਲ ਖੇਮੇ ਦੇ ਵਿੱਚ, ਉਹ ਆਪਣੇ ਆਪ ਸੇਵਾ ਦੇ ਰਹੇ ਜੀ ਜੀ। ਬਾਕੀ ਸਭ ਤੋਂ ਵੱਡੀ ਇੱਕ ਗੱਲ ਇਹ ਵੀ ਹੈ ਜੀ, ਅਤੇ ਜੇ ਅਸੀਂ 40-40 ਸਾਲ ਹੋ ਗਏ ਇੱਥੇ ਮਜ਼ਦੂਰੀ ਕਰਦਿਆਂ ਨੂੰ, ਹੁਣ ਤਾਂ ਆਪਣੇ ਕਾਰੋਬਾਰ ਹੈ। ਬਿਲਕੁਲ, ਪਹਿਲਾਂ ਦਿਹਾੜੀਆਂ ਵੀ ਕੀਤੀਆਂ ਜੀ ਜੀ, ਲੇਕਿਨ ਹੁਣ ਜਿੰਨੇ ਵੀ ਸਾਡੇ ਨਾਲ ਦੇ ਸੇਵਾਦਾਰ ਲੱਗੇ ਹੋਏ ਆ, ਉਹਨਾਂ ਸਾਰਿਆਂ ਦੀ ਸੋਚ ਇਹੀ ਆ ਵੀ 40 ਸਾਲ ਤਾਂ ਅਸੀਂ ਆਪਣੇ ਲਈ ਕਮਾਇਆ। ਬਿਲਕੁਲ, ਅਤੇ ਹੁਣ ਜਿਹੜਾ ਬਾਕੀ ਸਮਾਂ ਦਾ ਗੁਰੂ ਦੇ ਨਾਂ ਦਾ ਵੀ ਕੋਈ ਸੇਵਾ ਕਰ ਲਈਏ। ਹੋਣੀ ਚਾਹੀਦੀ ਹੈ, ਬਿਲਕੁਲ ਬਿਲਕੁਲ, ਯਾਨੀ ਹੁਣ ਇਹੀ ਸੋਚ ਹੈ ਵੀ ਜੋ ਬਚਦਾ ਕੰਪਨੀਆਂ 'ਚ ਉਹ ਵੀ ਇੱਥੇ ਲੱਗੀ ਜਾਵੇ ਜੀ। ਅੱਛਾ, ਮਾਲਕ ਦਾ ਘਰ ਤਿਆਰ ਹੋ ਜਾਵੇ, ਬਸ ਇਹੀ ਸੋਚ ਹੈ ਜੀ। ਅੱਛਾ, ਇਹਦੇ 'ਚ ਕੀ ਤੁਸੀਂ ਸੋਚਿਆ ਸੀਗਾ ਵੀ ਕਿੰਨਾ ਕੁ ਬਜਟ ਹੋਊਗਾ ਬਈ, ਕਿਉਂਕਿ ਜਦੋਂ ਇਮਾਰਤ ਦਾ ਤੁਸੀਂ ਨਕਸ਼ਾ ਤਿਆਰ ਕਰਵਾਇਆ ਸਰਕਾਰ ਤੋਂ ਪਾਸ ਕਰਵਾਇਆ, ਉਸ ਵਕਤ ਆਪਣੇ ਮਨ 'ਚ ਸੁਭਾਵਿਕ ਹੀ ਹੈ ਬਈ ਇੰਨੀ ਵੱਡੀ ਬਿਲਡਿੰਗ ਹੈ, ਇੰਨੇ ਸਕੁਅਰ ਫੁੱਟ ਹੈ, ਤਾਂ ਇਹਦਾ ਇੰਨਾ ਕੁ ਬਜਟ ਹੋਊਗਾ, ਉਹ ਕੀ ਅੰਦਾਜ਼ਾ ਮਿਥਿਆ ਸੀ ਕੋਈ ਹੈ? ਜਦੋਂ ਸਾਨੂੰ ਇਹਦੀ ਜਗ੍ਹਾ ਮਿਲੀ ਤਾਂ ਉਦੋਂ ਅਸੀਂ ਉਹ ਤੋਂ ਬਾਅਦ 'ਚ ਗੁਰੂ ਨਾਨਕ ਦਰਬਾਰ ਦੁਬਈ ਗਏ। ਅੱਛਾ, ਉਹ ਸਰਦਾਰ ਜੀ ਤੋਂ ਉਹਨਾਂ ਦੀ ਸਲਾਹ ਲੈਣ। ਅੱਛਾ, ਉਹਨਾਂ ਨੇ ਸਾਨੂੰ ਵਧੀਆ ਸਲਾਹ ਦਿੱਤੀ, ਜਿਹੜਾ ਦੂਸਰੇ ਪਾਸੇ ਗੁਰਦੁਆਰਾ, ਹਾਂਜੀ, ਦੁਬਈ 'ਚ ਗੁਰੂ ਨਾਨਕ ਦਰਬਾਰ ਦੁਬਈ, ਅਤੇ ਉਹਨਾਂ ਨੇ ਸਲਾਹ ਵੀ ਸਾਨੂੰ ਸਹੀ ਦਿੱਤੀ, ਅਤੇ ਅਸੀਂ ਉਹਨਾਂ ਤੋਂ ਨਾਂ ਰੱਖਣ ਵਾਸਤੇ ਵੀ ਪੁੱਛਿਆ, ਉਹਨਾਂ ਨੇ ਕਿਹਾ ਵੀ ਇਹੀ ਨਾਂ ਰੱਖ ਲਓ ਤੁਸੀਂ ਵੀ। ਬਿਲਕੁਲ, ਅਤੇ ਅਸੀਂ ਗਏ ਸੀ ਬਹਿਰੀਨ, ਗਏ ਉੱਥੇ ਛੇ ਗੁਰੂ ਘਰ ਹੈ, ਛੇ ਗੁਰੂ ਘਰ ਇੱਕੋ ਹੀ ਨਾਂ 'ਤੇ ਆ, ਵੀ ਤੁਸੀਂ ਵੀ ਇਹੀ ਰੱਖ ਲਓ ਜੀ ਜੀ ਜੀ। ਉਹ ਤੋਂ ਬਾਅਦ ਫਿਰ ਅਸੀਂ ਤਿਆਰ ਕੀਤੀ ਇਹਦੀ ਡਰਾਇੰਗ। ਅੱਛਾ, ਅਤੇ ਡਰਾਇੰਗ ਕੰਪਲੀਟ ਹੋਣ ਤੋਂ ਬਾਅਦ 'ਚ 1 ਸਾਲ ਲੱਗ ਗਿਆ ਸਾਨੂੰ ਬਿਲਡਿੰਗ ਪਰਮਿਟ ਮਿਲਣ ਨੂੰ। ਅੱਛਾ, ਉਹ ਤੋਂ ਬਾਅਦ ਬਿਲਡਿੰਗ ਸ਼ੁਰੂ ਹੋ ਗਈ ਜੀ, ਪਰ ਇਹਦਾ ਬਜਟ ਅਸੀਂ ਕੋਈ ਨਹੀਂ ਬਣਾਇਆ, ਸਾਨੂੰ ਪੁੱਛਦੇ ਵੀ ਰਹਿੰਦੇ ਆ। ਅੱਛਾ, ਉਹਨਾਂ ਨੇ ਵੀ ਦੁਬਈ ਵਾਲਿਆਂ ਨੇ ਪੁੱਛਿਆ ਤੁਹਾਡਾ ਬਜਟ ਸੀਗਾ, ਬਜਟ ਤਾਂ ਬਾਬੇ ਨਾਨਕ ਕੋਲ ਆ, ਉੱਥੇ ਹੀ ਹੋਣਾ। ਹਾਂਜੀ ਜੀ ਜੀ ਜੀ, ਤੋ ਜੇ ਉਹਦਾ ਹੀ ਘਰ ਹੈ ਉਹਨੇ ਬਣਾ ਲੈਣਾ, ਬਜਟ ਨਾ ਅਸੀਂ ਕੱਢਿਆ ਬਿਲਕੁਲ ਨਾ ਹੈਗਾ ਨਾ ਹਿਸਾਬ ਕੀਤਾ, ਬਸ ਆਹ ਦੇਖ ਲਓ ਤੁਹਾਡੇ ਸਾਹਮਣੇ ਸਭ ਕੁਛ। ਅੱਛਾ, ਕਿੰਨੇ ਸਕੁਅਰ ਫੁੱਟ ਦਾ ਏਰੀਆ ਅਤੇ ਕਿੰਨਾ ਲੰਗਰ ਹਾਲ ਹੈ, ਇਹਦਾ ਕੁਛ ਅੰਦਾਜ਼ਾ ਹੈ ਵੀ ਆਪਾਂ ਕਿੰਨਾ ਕਿੰਨਾ ਕੀ ਬਣਾ ਰਹੇ ਹਾਂ ਇਹ ਵਿੱਚ? ਇਹ ਤਕਰੀਬਨ 37x37 meter ਸਕਿਓਰ ਏਰੀਆ ਗੁਰੂ ਘਰ ਦਾ ਜੀ। ਅੱਛਾ ਜੀ, ਹਾਂਜੀ, 37x37। ਹਾਂਜੀ ਜੀ ਜੀ, ਜਿਹੜਾ ਗੁਰੂ ਘਰ ਲਈ ਪਲਾਟ ਮਿਲਿਆ ਸਾਨੂੰ ਉਹ 80x60 meter ਦਾ, ਜਿਹੜਾ ਪਲਾਟ ਹੈ ਜਿੰਨੇ 'ਚ। ਹਾਂਜੀ, ਜਿੰਨਾ ਇਹ ਤਕਰੀਬਨ ਜਿਹੜਾ ਦੁਬਈ ਦਾ ਗੁਰੂ ਘਰ ਹੈ, ਗੁਰੂ ਨਾਨਕ ਦਰਬਾਰ ਦੁਬਈ, ਉਹ ਤੋਂ ਤਕਰੀਬਨ ਡਬਲ ਏਰੀਆ ਜੀ। ਅੱਛਾ ਜੀ, ਹਾਂਜੀ, ਅਤੇ ਇੱਥੇ ਪਾਰਕਿੰਗ ਵਗੈਰਾ ਦਾ ਵੀ ਸਾਰਾ? ਪਾਰਕਿੰਗ ਦੀ ਕੋਈ ਪ੍ਰੋਬਲਮ ਨਹੀਂ, ਪਾਰਕਿੰਗ ਤਾਂ ਬਹੁਤ ਦੇਹਾਂਤ ਹੈ ਜੀ ਜੀ ਜੀ। ਤਿੰਨੇ ਪਾਸੇ ਰੋਡ ਹੈ ਜੀ? ਅੱਛਾ ਜੀ, ਤਿੰਨ ਪਾਸੇ ਰੋਡ, ਫਰੰਟ 'ਤੇ ਪਾਰਕਿੰਗ ਬਹੁਤ ਹੈ ਜੀ 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 ਜੀ। ਸੋ ਮੈਂ ਚਾਹੂੰਗਾ ਜੀ, ਇੱਥੇ ਬਹੁਤ ਸਾਰੇ ਨੌਜਵਾਨ ਸੰਗਤ ਬੈਠੀ ਹੈਗੀ, ਆਪਾਂ ਉਹਨਾਂ ਨੂੰ ਵੀ ਮਿਲੀਏ ਤੇ ਸੇਵਾ ਦਾ ਨਾਲ ਹੀ ਆ ਜੀ। ਹਾਂਜੀ, ਆਪਾਂ ਉਹਨਾਂ ਤੱਕ ਵੀ ਚੱਲਦੇ ਹਾਂ। ਬਿਲਕੁਲ, ਤੁਸੀਂ ਸਾਡੇ ਨਾਲ ਜੁੜੇ ਰਹੋ ਜੀ, ਆਪਾਂ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਵਿੱਚ ਆਈ ਹੋਈ ਸੰਗਤ ਦੇ ਹੋਰ ਵੀ ਦਰਸ਼ਨ ਕਰਾਵਾਂਗੇ, ਆਪਾਂ ਇਸ ਗੱਲਬਾਤ ਨੂੰ ਅੱਗੇ ਵਧਾਵਾਂਗੇ। ਪ੍ਰਭ ਕਿਰਪਾ ਤੇ ਹੋਏ ਪਰਗਾ, ਪ੍ਰਭੂ ਦਇਆ ਦੇ ਕਮਲ ਵਿਗਾ, ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ, ਪ੍ਰਭ ਦਇਆ ਦੇ ਮਦ ਉਤਮ ਹੋਏ, ਸਰਨ ਦਾਨ ਪ੍ਰਭ ਤੇਰੀ ਮੈਂ ਆ,
ये अपने भाई साहब जसवीर सिंह जी, ठीक है जी, ज्ञानी सिंह दी सेवा निभाए, अपने सुखराज सिंह जी, दलजीत सिंह जी, अपने अर्जन सिंह जी, अपने अमन जी, हरदीप सिंह जी, बलबीर सिंह जी, इन्हां दे डैडी वो भी सेवादार पूरी 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 सेवा कर रहे हैं जी, वो इंडिया गए हैं। हाँ जी, आपां गल्लबात कर रहे हैं जी इस वक्त, जिवें भाई साहब उन्होंने दस्या कि बहुत सारे नौजवान ने इत्थे जिहड़े अक्सर इस प्रबंधक कमेटी दे नाल इस गुरु घर दे विच अपनी सेवा निभाउंदे ने। भाई साहब, सब तो पहला मैं तुहानूं पुछांगा कि जदों तो गुरद्वारा साहब की शुरुआत हुई है तो इस इलाके दे विच जिन्ने भी नौजवान ने जां जिवें तुसीं हो इत्थे काम करदे हो, तो तुहाडे मन च किन्ना क की लग्या सी तुहानूं जदों शुरुआत हुई भी इस इलाके च गुरु घर बन जा रहा? देखो जी, जो गुरु घर की शुरुआत हुई है जी जी, हाँ, सानू पहले दिन तो ही अच्छा बहुत ज़्यादा वधिया रिस्पोंस मिलिया जी। जिन फर्स्ट डे जिथे गुरु महाराज की शुरुआत करते आप गुरद्वारा साहब जी, बिल्कुल संगत ने इन्ना क ज़्यादा जाने के सहयोग, गड्डिया खड़िया करने वास्ते बाहर जगह नहीं सी जी, उस तो बाद डे बाई डे अच्छा सारी संगत अपने आप नाल जुड़ती रही जी, सेवा वास्ते भी इसे तरह के रल मिल के जिनी भी संगत है बहुत ही ज़्यादा हूँ तक भी बहुत ज़्यादा उत्साह है जी। इदा ही लगता है कि आने वाले समय के भी इस तो ज्यादा उत्साह होगा। हूँ दूरों दूरों संगत आदि ने दुबई तो अजमान तो, यानी कि सू बहुत वाइया रिस्पोंस मिलेगा जी जी जी। अच्छा, तुसी केड़ी जगह तो भाई जी? मैं इतों ही रसल खेमे तो। अच्छा, पंजाब तो पिछों? पंजाब तो हुशियारपुर, अपना टांगे लागे पिंड हुसैनपुर लालवा। अच्छा, तुसी गुरुद्वारा साहब कदों तो इत्थे जुड़े हुए होंगे? ये जदों स्टार्टिंग पहले दिन तो ही। अच्छा, हाँ जी, हाँ जी जी जी, पहले दिन तो ही जदों शुरुआत हुई उदों तो ही आप सारे इकट्ठे नाल ही सेवा कर रहे हैं। ਕਿਵੇਂ ਕੱਢਦੇ ਹੋ ਕੰਮ 'ਚੋਂ ਸਮਾਂ ਤੁਸੀਂ ਸਾਰੇ, ਜਿਵੇਂ ਨੌਜਵਾਨ ਨੂੰ ਜਿਵੇਂ ਇੱਥੇ ਕੰਮ ਕਰਨ ਨੂੰ ਆਏ ਹਾਂ ਸਾਰੇ, ਅਤੇ ਗੁਰੂ ਘਰੇ ਫਿਰ ਕਦੋਂ ਆਉਣਾ ਹੁੰਦਾ ਤੁਹਾਡਾ ਕੰਮਾਂ ਕਾਰਾਂ 'ਚੋਂ? ਦੇਖੋ ਜੀ, ਕੰਮ ਕਾਰ ਜਿਹੜੇ ਵੀ ਹੈਗੇ ਆ ਨਾ ਜੁੜੇ ਗੁਰੂ ਘਰ ਦੇ ਨਾਲ ਜੀ ਜੀ, ਟਾਈਮ ਉਹਨਾਂ ਨੂੰ ਕੱਢਣਾ ਹੀ ਪੈਂਦਾ ਆ, ਕਿਉਂਕਿ ਗੁਰੂ ਵਾਸਤੇ ਜੇ ਟਾਈਮ ਨਹੀਂ ਕੱਢੋਗੇ ਤਾਂ ਫਿਰ ਬਿਲਕੁਲ ਸੋਚ ਸਕਦੇ ਅਸੀਂ ਵੀ ਬਾਕੀ ਕਦੇ ਵਾਸਤੇ ਕੰਮ ਜਿਹੜੇ ਤਾਂ ਹੀ ਚੱਲਣਗੇ ਜਿਹੜੇ ਆਪਾਂ ਗੁਰੂ ਦੇ ਨਾਲ ਜੁੜੇ ਹੋਏ ਹਾਂ ਜੀ ਜੀ, ਉਹਨਾਂ ਦਾ ਓਟ ਆਸਰਾ ਲੈਂਦੇ ਹਾਂ ਅਤੇ ਪਰੀ ਸ਼ਰਧਾ ਆ ਜੀ ਜੀ। ਬਿਲਕੁਲ, ਤੁਸੀਂ ਕਿਹੜੀ ਜਗ੍ਹਾ ਤੋਂ ਬਾਈ ਜੀ? ਮੈਂ ਜੀ ਰਸਲ ਖੇਮਾ ਤੋਂ, ਪਿੱਛੋਂ ਪੰਗਾ ਨਵਾਂ ਸ਼ਹਿਰ ਲੱਗ ਪੜਲਾਵਾ ਪਿੰਡ ਨਵਾਂ ਸ਼ਹਿਰ ਸਾਹਿਬ ਨਵਾਂ ਸ਼ਹਿਰ ਜੀ ਜੀ ਜੀ। ਕੀ ਕੰਮ ਕਾਰ ਕਰਦੇ ਹੋ ਤੁਸੀਂ? ਬਸ ਇੱਥੇ ਟਰਾਂਸਪੋਰਟ ਕੰਪਨੀ ਆਪਣੀ ਅੰਕਲ ਦੇ ਨਾਲ ਹੀ। ਅੱਛਾ ਅੱਛਾ ਜੀ, ਉਹਦੇ ਆਫਿਸ ਦਾ ਕੰਮ ਹੈ ਜੀ ਜੀ ਜੀ। ਅਤੇ ਇੱਥੇ ਗੁਰੂ ਘਰ ਦੇ ਵਿੱਚ ਫਿਰ ਸੇਵਾ ਹਰ ਰੋਜ਼ ਨਿੱਤ ਆਉਂਦੇ ਹੋ ਤੁਸੀਂ ਕਿਵੇਂ? ਜਦੋਂ ਵੀ ਕੋਈ ਹੁਕਮ ਲੱਗ ਜਾਂਦਾ ਆ ਜੀ ਜੀ, ਜਾਂ ਵੈਸੇ ਦਿਲ ਕਰ ਜਾਂਦਾ ਆ ਜੀ, ਜਦੋਂ ਗੁਰੂ ਬੁਲਾ ਲੈਂਦਾ ਬਸ ਆ ਜੀ ਦੇ। ਬਿਲਕੁਲ, ਚੜ੍ਹਦੀ ਕਲਾ ਵਾਲੀ ਗੱਲ ਆ। ਅੱਛਾ ਭਾਈ ਸਾਹਿਬ ਜੀ, ਜਿਵੇਂ ਤੁਸੀਂ ਦੱਸ ਰਹੇ ਸੀ ਕਿ ਬਹੁਤ ਸਾਰੀਆਂ ਸੇਵਾ ਨੇ ਜਿਹੜੀਆਂ, ਜਿਵੇਂ ਕੰਕਰੀਟ ਦੀ ਸੇਵਾ ਹੈ ਉਹ ਆਪਣੇ ਆਪ ਸੰਗਤ ਜਿਹੜੀ ਲੈ ਰਹੀ ਆ, ਜਾਂ ਉੱਧਰੋਂ ਸਰਕਾਰ ਵੱਲੋਂ ਵੀ ਸਾਨੂੰ ਸਹਿਯੋਗ ਮਿਲ ਰਿਹਾ, ਉਹ ਦੱਸੋ ਥੋੜ੍ਹਾ ਜਿਹਾ ਕਿਵੇਂ? ਤਕਰੀਬਨ ਜਿਹੜੀ ਕੰਕਰੀਟ ਦੀ ਸੇਵਾ ਤਾਂ ਸਾਰੀ ਸੰਗਤ ਦੀ ਹੋ ਰਹੀ ਹੈ ਜੀ ਜੀ, ਜ਼ਿਆਦਾਤਰ ਕੰਕਰੀਟ ਦੀ ਸੇਵਾ ਦਲਜੀਤ ਸਿੰਘ ਉਹਨਾਂ ਨੇ ਲਈ ਆ। ਅੱਛਾ ਅੱਛਾ, ਬਾਕੀ ਸਲੈਬਾਂ ਦੀ ਸੇਵਾ ਜਿਹੜੀ ਉਹ ਅਬੂ ਧਾਬੀ ਤੋਂ ਦੋ ਕੰਪਨੀਆਂ ਆ, ਵੱਡੀਆਂ ਕੰਪਨੀਆਂ ਅੱਲਾ ਰੱਖਾ ਅਤੇ ਡਿਸਕਵਰੀ ਵਾਲਿਆਂ ਨੇ, ਉਹਨਾਂ ਨੇ ਲਈ ਆ, ਦੋਨਾਂ ਸਲੈਬਾਂ ਦੀ ਸੇਵਾ ਉਹਨਾਂ ਦੀ ਸੀਗੀ ਜੀ। ਅੱਛਾ ਜੀ, ਬਾਕੀ ਐਲੂਮੀਨੀਅਮ ਦੀ ਸੇਵਾ ਹੈ ਭਾਈ ਸਾਹਿਬ ਜੁਗਰਾਜ ਸਿੰਘ ਜੀ ਇਹਨਾਂ ਦੀ ਜੀ ਜੀ। ਹਾਂਜੀ, ਬਾਕੀ ਕੰਪਾਊਂਡ ਦੀ ਜਿਹੜੀ ਸੇਵਾ ਉਹ ਸਰਦਾਰ ਜੀ ਹਰਬੰਸ ਸਿੰਘ ਹੁਣੀ ਉਹ ਮੁਲਕ ਗਏ ਆ, ਛੁੱਟੀ ਗਏ ਵਾ, ਪੂਰੀ ਕੰਪਾਊਂਡ ਦੀ ਸੇਵਾ ਉਹਨਾਂ ਨੇ ਲਈ ਆ ਜੀ। ਅੱਛਾ ਜੀ, ਹਾਂਜੀ, ਇੱਦਾਂ ਰਲ ਮਿਲ ਕੇ ਸਾਰੀ ਸੰਗਤ ਦੇ ਨਾਲ ਹੀ ਹੋ ਰਿਹਾ ਜੀ। ਅਜੇ ਗੋਲਕ ਦੀ ਮਾਇਆ ਵੱਲ ਨੂੰ ਤਾਂ ਦੇਖਣ ਨੂੰ ਵੀ ਨਹੀਂ ਮਿਲਿਆ ਸਾਨੂੰ ਸੰਗਤ ਦੇ ਕਰੀਆ ਦੀ ਜੀ ਜੀ ਜੀ। ਆਪਾਂ ਗੁਰੂ ਘਰ ਦੀ ਇਮਾਰਤ ਵੀ ਮੈਂ ਚਾਹੁੰਦਾ ਆਪਾਂ ਸੰਗਤ ਨੂੰ ਦਿਖਾਈਏ ਜੀ, ਆਪਾਂ ਸਾਰੇ ਜਣੇ ਚੱਲਦੇ ਉਸ ਪਾਸੇ ਆ ਜੀ। ਜੈ ਪ੍ਰਸਾਦ ਸੇ ਅੰਮ੍ਰਿਤ ਖਾਵੇ ਤਿਸਦਾ ਗੁਰੂ ਰਖ ਮਨ ਪਾਵੇ, ਜੈ ਪ੍ਰਸਾਦ ਸੁਗੰਧਨ ਤਨ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ, ਜੈ ਪ੍ਰਸਾਦ ਵਸੇ ਸੁਖ ਮੰਦਰ। ਹੁਣ ਕੀ ਕੰਮ ਰਹਿ ਗਿਆ ਜੀ? ਫਿਰ ਕੰਮ ਅੰਦਰ ਸੀਲਿੰਗ ਦਾ ਰਹਿੰਦਾ ਜੀ ਅਤੇ ਫਲੋਰਿੰਗ ਦਾ ਰਹਿੰਦਾ। ਠੀਕ ਹੈ ਜੀ। ਹਾਂਜੀ, ਬਾਕੀ ਤਾਂ ਕੰਮ ਤਕਰੀਬਨ ਕੰਪਲੀਟ ਹੈ ਜੀ। ਠੀਕ ਹੈ ਜੀ। ਹਾਂਜੀ, ਇਹ 11ਵੇਂ ਮਹੀਨੇ ਨਵੰਬਰ 'ਚ ਓਪਨਿੰਗ ਦੀ ਹੈ ਜੀ, ਬਾਕੀ ਮਾਲਕ ਨੂੰ ਮਨਜ਼ੂਰ ਹੈ ਜੀ। ਅੱਛਾ, ਤੁਸੀਂ ਇਸੇ ਸਾਲ ਦੇ 11ਵੇਂ ਮਹੀਨੇ 'ਚ ਸੋਚ? ਹਾਂਜੀ ਹਾਂਜੀ, ਪ੍ਰਕਾਸ਼ ਦਿਹਾੜੇ। ਹਾਂਜੀ ਠੀਕ ਹੈ ਜੀ, ਗੁਰੂ ਨਾਨਕ ਪਾਤਸ਼ਾਹ ਦੇ। ਹਾਂਜੀ ਹਾਂਜੀ ਠੀਕ ਹੈ ਜੀ।
ਇੱਥੇ ਐਵੇਂ ਵੀ ਹੁੰਦਾ ਜੀ ਜਿਵੇਂ ਸਰਕਾਰ ਤੋਂ ਇਜਾਜ਼ਤ ਲੈਂਦੇ ਹਾਂ ਅਤੇ ਉਸ ਤੋਂ ਬਾਅਦ ਚਲੋ ਵੈਸੇ ਤਾਂ ਸਿੱਖ ਕੌਮ ਆਪਣੇ ਆਪ ਹੀ ਬਹੁਤ ਪਰਮਾਤਮਾ ਦੀ ਕਿਰਪਾ ਗਈ ਵੀ ਖੁਦ ਹਿੰਮਤ ਕਰਦੀ ਹੈ ਬਈ ਸਰਕਾਰ ਵੀ ਕੋਈ ਸਹਾਇਤਾ ਕਰਦੀ ਹੈਗੀ ਨਹੀਂ ਜੀ ਸਰਕਾਰ ਨੇ ਫ੍ਰੀ ਆਫ ਚਾਰਜ ਜ਼ਮੀਨ ਦੇ ਦਿੱਤੀ ਅੱਛਾ ਜ਼ਮੀਨ ਉਹਨਾਂ ਨੇ ਫ੍ਰੀ ਆਫ ਚਾਰਜ ਫ੍ਰੀ ਦਿੱਤੀ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਸਰਕਾਰ ਦੇ ਸਹਿਯੋਗ ਨਾਲ ਹੀ ਜਗ੍ਹਾ ਮਿਲ ਗਈ ਜੀ ਜੀ ਅਤੇ ਆਪਾਂ ਨੂੰ ਇੱਥੇ ਗੁਰੂ ਘਰ ਬਣਾਉਣ ਦੀ ਗੱਲ ਮਿਲ ਗਈ ਸਭ ਤੋਂ ਵੱਡੀ ਤਾਂ ਇਹ ਗੱਲ ਹੋਈ ਜੀ 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 ਇੱਕ ਜਿਹੜੀ ਜਗ੍ਹਾ ਹੀ ਦੇਤੀ ਉਹੀ ਵੱਡੀ ਬਾਕੀ ਉਹਨੇ ਪਰਮਿਸ਼ਨ ਦੇਤੀ ਪਈ ਇੱਥੇ ਕੋਈ ਵੀ ਕੰਪਨੀ ਦਾ ਵਰਕਰ ਆ ਕੇ ਕੰਮ ਕਰ ਸਕਦਾ ਜਿਨ੍ਹਾਂ ਕੋਲ ਜਿਨ੍ਹਾਂ ਵੀ ਭੇਜਣੇ ਬੰਦੇ ਭੇਜ ਕੇ ਆਪੇ ਲੱਗੇ ਰਹਿੰਦੇ ਸਾਰੇ ਜੀ ਪੇਮੈਂਟ ਕੰਪਨੀਆਂ ਨੇ ਦੇਣੀ ਅੱਛਾ ਮਤਲਬ ਇੱਥੇ ਤਾਂ ਕਾਨੂੰਨ ਆ ਵੀ ਨਹੀਂ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦੇ ਜਿਸ ਕੰਪਨੀ ਦੇ ਨਾਮ ਬਿਲਡਿੰਗ ਪਰਮਿਟ ਮਿਲਿਆ ਹੁੰਦਾ ਉਸੇ ਕੰਪਨੀ ਦੇ ਬੰਦੇ ਕੰਮ ਕਰ ਸਕਦੇ ਆ ਪਰ ਸਾਨੂੰ ਗਵਰਨਮੈਂਟ ਵੱਲੋਂ ਇਜਾਜ਼ਤ ਹੈ UAE ਚੋਂ ਕੋਈ ਵੀ ਆ ਕੇ ਇੱਥੇ ਕੰਮ ਕਰੇਗਾ ਕੋਈ ਆ ਕੇ ਬਹੁਤ ਵਧੀਆ ਜੀ ਇਹਦੇ ਨਾਲ ਬੜਾ ਸਹਿਯੋਗ ਹੈ ਬਿਲਕੁਲ ਸੇਵਾਦਾਰ ਸੇਵਾ ਕਰ ਸਕਦਾ ਜੀ ਜੀ ਉਹਦੀ ਮਨ ਦੀ ਖੁਸ਼ੀ ਵੀ ਹੁੰਦੀ ਹੈ ਕਿ ਮੈਂ ਗੁਰੂ ਘਰ ਗਿਆ ਮੈਂ ਆਹ ਸੇਵਾ ਕੀਤੀ ਜਾਂ ਮੈਂ ਆਹ ਸੇਵਾ ਲਈ ਬਿਲਕੁਲ ਜੀ ਬਿਲਕੁਲ ਇੱਕ ਇਹ ਵੀ ਪਤਾ ਲੱਗਿਆ ਸੀ ਜਿਵੇਂ ਆਮ ਆਪਾਂ ਦੇਖਦੇ ਹਾਂ ਵੀ ਇੱਥੇ ਪਹਿਲਾਂ ਵੀ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਗੁਰੂ ਨਾਨਕ ਦਰਬਾਰ ਦੁਬਈ ਅਤੇ ਗੁੰਬਦ ਨਹੀਂ ਹੈ ਇੱਥੇ ਕਹਿੰਦੇ ਗੁੰਬਦ ਦੀ ਵੀ ਇਜਾਜ਼ਤ ਮਿਲੀ ਹੈ ਹਾਂਜੀ ਹਾਂਜੀ ਇੱਥੇ ਦੀ ਗੌਰਮੈਂਟ ਨੇ ਸਾਨੂੰ ਇਜਾਜ਼ਤ ਦੇ ਦਿੱਤੀ ਆ ਅੱਛਾ ਹਾਂਜੀ ਅੱਗੇ ਤੁਸੀਂ ਕੀ ਸੋਚਿਆ ਵੀ ਕੀ ਪਲੈਨ ਹੈ ਜੀ ਜਿਵੇਂ ਕਿਹੜੇ ਕਿਹੜੇ ਤੁਹਾਡੇ ਗੁਰਦੁਆਰਾ ਸਾਹਿਬ ਤਿਆਰ ਹੋਣ ਤੋਂ ਬਾਅਦ ਤੁਸੀਂ ਕੀ ਸੰਗਤ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਵੀ ਆਪਾਂ ਅੱਗੇ ਕੀ ਮੰਨ ਕੇ ਚੱਲੀਏ ਹੁਣ ਸੰਗਤ ਨੂੰ ਤਾਂ ਇੱਥੇ ਬਾਕੀ ਆਪਣਾ ਬੱਚਿਆਂ ਵਾਸਤੇ ਪੰਜਾਬੀ ਸਿਖਾਉਣ ਵਾਸਤੇ ਅੱਛਾ ਜੀ ਹਾਂਜੀ ਕੀਰਤਨ ਸਿਖਾਉਣ ਵਾਸਤੇ ਜੀ ਗੁਰੂ ਘਰ ਤਿਆਰ ਹੋਣ ਤੋਂ ਬਾਅਦ 'ਚ ਅੱਛਾ ਤੁਸੀਂ ਇਹ ਜਿਹੜੀਆਂ ਕਲਾਸਾਂ ਇੱਥੇ ਲੱਗੀਆਂ ਕਰਦੇ ਹਾਂ ਜੀ ਜੀ ਵਿਚਾਰ ਤਾਂ ਇਹੀ ਆ ਜੀ ਠੀਕ ਹੈ ਬਾਕੀ ਗੁਰੂ ਘਰ ਤਿਆਰ ਹੋਣ ਤੋਂ ਬਾਅਦ ਜੇ ਮਾਇਆ ਦਾ ਕੁਛ ਪਸਾਰਾ ਹੋਇਆ ਤਾਂ ਨਾਲ ਅਸੀਂ ਹੋਸਪਿਟਲ ਦੇ ਵੀ ਵਿਚਾਰ ਆ ਪਏ ਫ੍ਰੀ ਆਫ ਚਾਰਜ ਹੋਸਪਿਟਲ ਨਾਲ ਇੱਕ ਚੱਲਦਾ ਰੱਖੀਏ ਬਿਲਕੁਲ ਇੱਕ ਜਿਹੜੀ ਹੋਰ ਬੜੀ ਵੱਡੀ ਸਮੱਸਿਆ ਜੀ ਕਿਉਂਕਿ ਗੁਰੂ ਦਾ ਦੁਆਰਾ ਜਿਹੜਾ ਸਭ ਲਈ ਖੁੱਲ੍ਹਾ ਹੁੰਦਾ ਹੈਗਾ ਜਿਵੇਂ ਆਪਾਂ ਆਮ ਵੇਖਦੇ ਹਾਂ ਅੱਜ ਕੱਲ੍ਹ ਪੰਜਾਬ 'ਚ ਬੜੀਆਂ ਖਬਰਾਂ ਜਾਂਦੀਆਂ ਨੇ ਵੀ ਇੱਥੇ ਨੌਜਵਾਨ ਆਉਂਦੇ ਆ ਜਿਹੜੇ ਕੰਮ ਲਈ ਪਰ ਉਹਨਾਂ ਨੂੰ ਕੰਮ ਨਹੀਂ ਮਿਲਦਾ ਇੱਥੇ ਉਹ ਵੀ ਨੌਜਵਾਨ ਤੁਹਾਡੇ ਕੋਲ ਆਉਂਦੇ ਹੈਗੇ ਉਹਨਾਂ ਨੂੰ ਸਹਾਰੇ ਦੀ ਜਿਹਨਾਂ ਨੂੰ ਲੋੜ ਹੁੰਦੀ ਹੈ ਹਾਂਜੀ ਇੱਥੇ ਆਉਂਦੇ ਆ ਬੰਦੇ ਜਿਹੜੇ ਉੱਥੋਂ ਵਿਜਿਟ 'ਤੇ ਬਗੈਰ ਪੁੱਛੇ ਉੱਥੋਂ ਆ ਜਾਂਦੇ ਆ ਜੀ ਜੀ ਬਹੁਤ ਬੱਚੇ ਆਉਂਦੇ ਆ ਫਿਰ ਉਹਨਾਂ ਨੂੰ ਅਸੀਂ ਤਾਂ ਇਹੀ ਕਹੀਦਾ ਵੀ ਉੱਥੋਂ ਪੁੱਛ ਪੜਤਾਲ ਕਰਕੇ ਆਓ ਜੀ ਜੀ ਬਾਕੀ ਜੇ ਕੋਈ ਆ ਵੀ ਜਾਂਦਾ ਉਹਨਾਂ ਨੂੰ ਲੰਗਰ ਪਾਣੀ ਅਸੀਂ ਛਕਾਈਦਾ ਜਿੰਨੀ ਕੁ ਸੇਵਾ ਕਰੀਏ ਵੀ ਲੰਗਰ ਪਾਣੀ ਦਿਨੇ ਛਕੋ ਜੀ ਸੇਵਾ ਕਰੋ ਅਤੇ ਰਾਤ ਅਜੇ ਇਸ ਤਰ੍ਹਾਂ ਵਿਜ਼ਿਟਰ ਨੂੰ ਠਹਿਰਾਉਣ ਦੀ ਅਜੇ ਇਜਾਜ਼ਤ ਨਹੀਂ ਹੈ ਗੌਰਮੈਂਟ ਵੱਲੋਂ ਸਾਨੂੰ ਬਾਕੀ ਲੰਗਰ ਪਾਣੀ ਦੀ ਕੋਈ ਮਨਾਹੀ ਨਹੀਂ ਹੈ ਜਿੰਨੀ ਗੁਰੂ ਘਰ ਵੱਲੋਂ ਜਿੰਨੇ ਵੀ ਹੋਣ ਤਕਰੀਬਨ ਹੁਣ ਤਾਂ ਬਿਲਡਿੰਗ ਚੱਲਦੀ ਆ 500-700 ਦੇ ਕਰੀਬ ਡੇਲੀ ਜੀ ਪੁਰਾਣੀ ਲੰਗਰ ਛਕਦਾ ਅੱਛਾ ਜੀ ਯਾਨੀ 500-700 ਸੰਗਤ ਜਿਹੜੀ ਹਰ ਰੋਜ਼ ਇੱਥੇ ਆਉਂਦੀ ਹਾਂਜੀ ਹਾਂਜੀ ਮੈਂ ਬਾਹਰ ਵੇਖ ਰਿਹਾ ਸੀ ਟਰੱਕ ਬਹੁਤ ਖੜੇ ਨੇ ਸੰਗਤ ਲੰਘੀ ਜਾਂਦੀ ਟਰੱਕਾਂ ਵਾਲੇ ਵੀਰ ਰੁਕਦੇ ਨੇ ਸਾਰੇ ਉਹ ਵੀ ਟਰੱਕਾਂ ਵਾਲੇ ਕੰਮ ਕਰਦੇ ਆ ਜੀ ਤੇ ਉਹ ਫਿਰ ਉਹਨਾਂ ਨੇ ਵੀ ਫਿਰ ਸਵੇਰ ਨੂੰ ਪਹਿਲਾਂ ਦਰਸ਼ਨ ਕਰਨੇ ਫਿਰ ਡਿਊਟੀਆਂ ਤੇ ਜਾਣਾ ਸ਼ਾਮ ਨੂੰ ਆ ਕੇ ਫਿਰ ਦਰਸ਼ਨ ਕਰਨੇ ਫਿਰ ਆਪਣੇ ਜਾਣੀ ਬਿਲਕੁਲ ਬੜਾ ਉਹਨਾਂ ਨੂੰ ਵੀ ਇੱਕ ਮੌਕਾ ਮਿਲ ਗਿਆ ਜੀ 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 ਘਰ 'ਚ ਹੀ ਕਿਉਂਕਿ ਕਹਿਣ ਲੱਗੇ ਘਰ 'ਚ ਦੂਰ ਆ ਕੇ ਗੁਰੂ ਮਹਾਰਾਜ ਦੀ ਗੋਦ 'ਚ ਬਿਲਕੁਲ ਬਿਲਕੁਲ ਜੀ ਜੀ ਸੋ ਸੁਭਾਗੇ ਹੋ ਜੀ ਤੁਸੀਂ ਸਾਰੇ ਪਰਮਾਤਮਾ ਦੀ ਜਿਹੜੀ ਕਿਰਪਾ ਹੋਈ ਹੈ ਅੱਜ ਦੀ ਆਪਾਂ ਗੱਲਬਾਤ ਹੈ ਜਿਹੜੀ ਕੀਤੀ ਅਤੇ ਸਾਡੀ ਵੀ ਗੁਰੂ ਨਾਨਕ ਪਾਤਸ਼ਾਹ ਅੱਗੇ ਇਹੀ ਅਰਦਾਸ ਹੈ ਵੀ ਗੁਰੂ ਘਰ ਦੇ ਵਿੱਚ ਇਸੇ ਤਰ੍ਹਾਂ ਰੌਣਕਾਂ ਲੰਘਣ ਸੰਗਤਾਂ ਹੋਣ ਅਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਇੰਨਾ ਵੱਡਾ ਯੋਗਦਾਨ ਪਾ ਰਹੇ ਹੋ ਅਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਅੱਜ ਦੀ ਸਾਡੀ ਇਹ ਕੋਸ਼ਿਸ਼ ਸੀਗੀ ਕਿ ਨਵਾਂ ਤਾਮੀਰ ਹੋ ਰਿਹਾ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਜਿਹੜੀ ਭਾਈ ਸਾਹਿਬ ਹੋਰੀ ਸਮੁੱਚੀ ਸੰਗਤ ਰਲ ਕੇ ਬਣਾ ਰਹੀ ਹੈ ਕਿਉਂਕਿ ਜਦੋਂ ਦੁਬਈ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਬਣੀ ਸੀ ਤਾਂ ਉਸ ਤੋਂ ਬਾਅਦ ਬਹੁਤ ਸਾਰੀ ਸੰਗਤ ਦਾ ਧਿਆਨ ਉੱਧਰ ਗਿਆ ਸੀਗਾ ਕਿਉਂਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਕਿ UAE ਦੇ ਵਿੱਚ ਗੁਰਦੁਆਰਾ ਸਾਹਿਬ ਤਾਮੀਰ ਹੋਣਾ ਅਤੇ ਉੱਥੇ ਸੰਗਤ ਦਾ ਆਉਣਾ ਅਤੇ ਹੁਣ ਇੱਧਰਲੇ ਪਾਸੇ ਜਿਹੜੀ ਸੰਗਤ ਨੇ ਬਹੁਤ ਵੱਡਾ ਉਪਰਾਲਾ ਕੀਤਾ ਜਿਵੇਂ ਭਾਈ ਸਾਹਿਬ ਹੁਣੀ ਦੱਸ ਰਹੇ ਆ ਕਿ ਹਲੇ ਤੱਕ ਗੋਲਕ ਨਹੀਂ ਖੁੱਲ੍ਹੀ ਕਹਿਣ ਦਾ ਭਾਵ ਕਿੰਨੀ ਜ਼ਿਆਦਾ ਵੱਡੀ ਭਾਵਨਾ ਗਈ ਆਪਣੇ ਆਪ ਦੇ ਵਿੱਚ ਨਹੀਂ ਤਾਂ ਹੋਕਰੇ ਦੇ ਦੇ ਕੇ ਪੈਸੇ ਇਕੱਠੇ ਕਰਨੇ ਪੈਂਦੇ ਆ ਜੀ ਇੱਦਾਂ ਦੇ ਸਾਂਝੇ ਕੰਮਾਂ ਲਈ ਖਾਸ ਕਰਕੇ ਆਪਾਂ ਵੇਖ ਹੀ ਰਹੇ ਸੰਗਤ ਦਾ ਜ਼ੋਰ ਹੀ ਇੰਨਾ ਪਿਆ ਜੀ ਜੀ ਹਾਂਜੀ
परमात्मा अगे अरदास करदे आ कि सब नूं चढ़दी कला बख्शे। तो तुहाडा वी बहुत बहुत धन्नवाद है जी, फिर मिलदे आ किसी होर प्रोग्राम। वाहिगुरू जी का खालसा, वाहिगुरू जी की फतह।